ਜਾ ਕੀ ਹੋਈ ਹੈ? ਤੂੰ ਮੈਨੂੰ ਜਾਣਦਾ ਨਹੀਂ ਹੈ। ਉਹ ਤੇਰੀ ਇੱਥੇ ਲੱਸੀ ਮਸ਼ਹੂਰ ਹੈ ਕਿ ਪੇੜਾ ਪਾ ਕੇ ਦਿੰਨੀ ਕੀ ਇੱਥੇ ਇੰਜ ਨਹੀਂ ਖਲੋਣਾ? ਕਿਉਂ ਸਾਈ ਵਾਲੇ ਨੇ ਤੈਨੂੰ ਗੁੱਡੀ ਸਮਝ ਕੇ ਕੰਨੇ ਦੇ ਦੇਣੀ, ਉੱਤੇ ਜਾ ਕੇ ਤੇਰਾ ਲੱਗਣਾ ਪੇਚਾ, ਤੂੰ ਹੋ ਜਾਣਾ ਬੋ, ਔਰ ਇਹ ਲੁੱਟਦੇ ਨੀ ਝਾਂਬੇ ਲੈ ਕੇ ਉੱਤੇ ਹੀ ਪਹਾੜ ਪੂੜ ਦਿੰਦੇ ਨੇ। ਬੜੇ ਪਤੰਗਬਾਜ਼ ਨੇ, ਮਾਰਨਾ ਮਾਝਾ ਬੜਾ ਸੋਹਣਾ ਬੰਦੇ। ਦੇ ਲੋ ਤੁਹਾਡੇ ਸਾਹਮਣੇ ਪੜਾਈ ਕਰ ਰਹੇ ਯਾਰ, ਤੁਸੀਂ ਹੱਸ ਰਹੇ ਹੋ। ਪੜਾਈ ਨਹੀਂ, ਮਾਈ ਫੇਵਰਿਟ ਪੀਪਲ ਸਾਈ ਵਾਲੇ। ਅੱਛਾ ਜੀ, ਇਹ ਬੜੇ ਸ਼ਰਾਦੇ ਨੇ। ਉਹ ਕਿਸ ਤਰ੍ਹਾਂ? ਨਾ ਨਾ, ਕੁੜੀ ਨੂੰ ਤਾਂ ਮੂੰਹ ਨਹੀਂ ਲਾਉਂਦੇ, ਖੁਸਰੇ ਪਿੱਛੇ ਭਾਵਾਂ ਪਤੋ ਕੀ ਜਾਣਾ ਪਵੇ ਪੈਦਲ ਚੱਲ। ਆਪ ਆਏ ਨੀ ਪੜ੍ਹਾਈ ਕੇ ਲਈ? ਯੇ ਮੇਰੇ ਸਾਥ ਪੜ੍ਹਤੀ ਹੈ, ਹਮ ਉਧਰ ਯੂਨੀਵਰਸਿਟੀ ਮੇ ਪੜ੍ਹਤੇ ਆਪ। ਓਏ ਭਾਈ, ਉਹ ਯੂਨੀਵਰਸਿਟੀ ਹੁੰਦਾ, ਤੂੰ ਕੀ ਕਹੀ ਜਾਂਦਾ? ਬੇਵਕੂਫ ਹੋਈ ਅਸੀਂ ਇੱਥੇ, ਤੈਨੂੰ ਉਡੀਕ ਰਹੇ ਹਾਂ ਉੱਥੇ, ਤੈਨੂੰ ਪਤਾ ਕਿੰਨਾ ਅਸੀਂ ਯਾਦ ਕਰ ਰਹੇ? ਕੀ ਯਾਦ ਕਰ ਰਹੇ ਜਾਨੂ? ਉੱਥੇ ਕਲਾਸ ਦੇ ਵਿੱਚ ਬੜਾ ਹੀ ਪੜਾਈ ਹੋ ਰਹੀ ਹੈ, ਬੂੰਦੀ ਤਾਂ ਹੋ ਹੀ ਨਹੀਂ ਰਹੀ, ਤੂੰ ਆ ਹੀ ਨਹੀਂ ਰਹੀ ਉੱਥੇ। ਹੈਲੋ, ਉੱਥੇ ਆ ਹੀ ਨਹੀਂ ਯਾਦ, ਕਿਸੇ ਯਾਰ ਮੇਰਾ ਕਲਾ ਇਦਾਂ ਹੀ ਕੱਲਾ ਤਾਂ ਖਰਾਬ ਹੋਇਆ, ਤੈਨੂੰ ਮੈਂ ਦੱਸਾਂ। ਨਹੀਂ, ਹੁਣ ਠੀਕ ਹੋ ਗਿਆ। ਹਾਂਜੀ ਬਿਲਕੁਲ ਜੀ। ਹੋਰ ਜਾਨ ਸੁਣਾਓ, ਸਭ ਠੀਕ ਹੈ? ਇਸ ਘਰ ਦਾ ਤਾਰਫ ਨਹੀਂ ਕਰਾ ਰਹੇ ਕੌਣ? ਜਾਨੂ ਇਹ ਨੌਕਰ ਹੈ ਸਾਡਾ ਜੀ, ਨੌਕਰ। ਵੈਰੀ ਗੁੱਡ, ਹੈ ਜ਼ਾਤ ਦਾ ਨੌਕਰ ਤੇ ਸਾਨੂੰ ਜੱਫੇ। ਕਿਸੇ ਵੇਲੇ ਮੈਨੂੰ ਨਾਉਂਦੇ ਨੂੰ ਵੇਖ, ਤੂੰ ਸੱਕੀ ਫੁੱਫੀ ਲੈ ਆਉਣੀ, ਤੈਨੂੰ ਪਤਾ ਨੀ ਗੱਲ, ਆਪਣੀਆਂ ਬੜੀਆਂ ਕੁਆਲਿਟੀ। ਮੈਂ ਤੇਰੀ ਬੈਂਡ ਘੱਟ ਲੈਣੀ, ਅੱਖ ਤੇ ਕੁਛ ਵੀ ਨਹੀਂ। ਜਾਨੂ ਜੀ, ਅੱਛਾ ਇਹ ਦੱਸੋ ਜੀ ਕਿ ਆਪਨੇ ਉਹ ਕੀਤੀ ਹੈ ਆਪਣੇ ਪਿਓ ਕੇ ਸਾਥ ਗੱਲ ਕੀ? ਮੈਨੂੰ ਲੱਗਦਾ ਨਹੀਂ ਕੀਤੀ ਹੈ ਅਭੀ। ਉਸੇ ਬਤਾਓ, ਉਸੇ ਕਹੋ ਕਿ ਮੈਂ ਯਮਨ ਕਟੀਟਾ ਕਰਨੇ ਲੱਗ ਗਿਆ। ਯਮਨ ਕਟੀਟਾ ਕੀ ਹੁੰਦਾ ਭਾਈ? ਹੈ ਇਹ ਕੀ ਹੁੰਦਾ? ਇਹ ਤੇਰੇ ਮਾਂ ਪਿਓ ਕੀਤਾ ਤਾਂ ਤੂੰ ਦੁਨੀਆ ਤੇ ਆਇਆ ਬੇਟਾ, ਸ਼ਾਦੀ ਹੁੰਦੀ ਜਬਨ ਕਟੀ। ਅੱਛਾ, ਯਾਨੀ ਕਿ ਤੂਤੀਆਂ ਵਾਜੇ? ਤੂਤੀਆਂ ਵਾਜੇ। ਜਾਨੂ ਆਪ ਕੀ ਖਾਏਂਗੇ? ਕੀ ਇਸ ਦਵਾ ਹਮਨੇ ਬੜੇ, ਤੂੰ ਸਾਰੀ ਜ਼ਿੰਦਗੀ ਮਾਮਾ ਨਹੀਂ ਬਣ ਸਕਦਾ। ਉਹਦੀ ਵਜ੍ਹਾ? ਉੱਤੇ ਤੇ ਖੜੋਤਾ ਰਹਿੰਦਾ ਹੈ ਬੇਟਾ, ਅਗਾ ਪਿਛਾ ਹੋ ਜਾਈਦਾ ਹੁੰਦਾ, ਫਿਰ ਦੀ ਬੈਣ ਕੋ ਬਾਲ ਬੂਲ ਵਾਲੇ ਪਾਸੇ ਆਉਂਦੀ ਹੁੰਦੀ। ਉਹ ਕੀ ਬਾਲ ਜੰਮਣਾ ਤੇਰਾ ਤਾਂ ਕਦੀ ਬਰਫਾ ਦਾ ਕੌਲਾ ਨਹੀਂ ਜੰਮੀ, ਜੇ ਮੈਂ ਤੇਰੇ ਤੋਂ ਜੰਮਦੇ ਆ ਫਿਰ ਮੰਨੇ ਆਪਣੀ ਕਸਮ ਚੁੱਕ ਕੇ ਦੱਸ, ਕਦੀ ਆਪ ਵੀ ਖਾਧਾ ਪੀਤਾ ਹੀ ਕਿ ਕੋਈ ਨਾ ਦੱਸ ਨਾ ਮੈਨੂੰ, ਜੋ ਮੈਂ ਖਾਣਾ ਤੂੰ ਖਾ ਸਕਦਾ? ਨਹੀਂ ਤੁਸੀਂ, ਮੈਂ ਤਾਂ ਮਾਵਾਂ ਬੈਣਾ ਦੀ ਗਾਲੀ ਖਾਣਾ, ਤੂੰ ਖਾ ਸਕਦਾ? ਨਹੀਂ ਮੈਂ ਖਾ ਸਕਦਾ, ਤੇ ਬਸ ਇਹੀ ਗੱਲ ਹੈ। ਦੁੱਧ ਲੈ ਕੇ ਆ ਤੁਹਾਡੇ ਹੁੰਦੇ ਆ ਵੀ
ਤੁਸੀਂ ਆਪ ਜਾਓ ਜਾ ਕੇ ਫ੍ਰਿਜ ਦੇ ਵਿੱਚੋਂ ਲਿਆ ਕੇ ਮੈਂ ਕਾੜ ਦੇਣਾ। ਮੈਨੂੰ ਮਮਤਾ ਮਿਲਕਦਾ ਪਿਆ। ਨਹੀਂ ਮੈਂ ਉਹ ਗੱਲ ਨਹੀਂ ਕਰ ਰਿਹਾ, ਤੁਸੀਂ ਗਲਤ ਸਮਝੇ। ਮੈਨੂੰ ਅੰਦਰੋਂ ਦੁੱਧ ਲਿਆ ਪਿਆ, ਛੋਟਾ ਦੁੱਧ ਲਿਆ ਹੀ। ਮੋਟਰਸਾਈਕਲ ਪਾ ਲਿਆ ਖੰਡੀ ਪਾਉਣੀ, ਹੋਰ ਕੀ ਪਾਉਣੀ। ਮੇਰਾ ਕਹਿਣ ਦਾ ਮਤਲਬ ਹੈ ਦੇਖੋ ਨਾ, ਵਿੱਚ ਛੁਹਾਰੇ ਹੈ, ਨਾਲ ਛੋਟੀਆਂ ਲੈਚੀਆਂ, ਇੰਜ ਕਰਕੇ ਅੰਦਰ ਆ। ਇਹ ਮੈਨੂੰ ਹੀਟ ਕਿਉਂ ਦੇਣਾ ਚਾਹੁੰਦਾ, ਕੀ ਮਸਲਾ, ਕੀ ਕਿਤੇ ਇਹਦੇ ਨਾਲ ਆਪਣਾ ਵਿੱਚ ਨਹੀਂ ਰਗੜਾ ਲਾਉਣ ਲੱਗਾ ਹੈ। ਮੈਨੂੰ ਲੱਗ ਰਿਹਾ ਤੂੰ, ਮੈਂ ਤੁਹਾਡੀ ਖਿਦਮਤ ਕਰ ਰਿਹਾ ਕਿ ਤੁਸੀਂ ਬੀਬੀ ਜੀ ਦੇ ਫਰੈਂਡ ਹੋ, ਯੂਨੀਵਰਸਿਟੀ 'ਚ ਪੜ੍ਹਦੇ ਹੋ। ਯਾ ਯੂਨੀਵਰਸਿਟੀ ਹੈ, ਯੂਨੀਵਰਸਿਟੀ ਹੈ ਭਾਈ, ਉੱਥੇ ਅਸੀਂ ਸਕੂਲ 'ਚ ਪੜ੍ਹਦੇ। ਜਾਨੂ ਜੀ ਕੀ ਚਾਹੁੰਦੇ ਹੋ? ਮੈਂ ਇਹ ਚਾਹੁੰਦਾ ਆਪਣੇ ਪਿਓ ਨਾਲ ਗੱਲ ਕਰ, ਹੁਣ ਮੈਂ ਵੇਟ ਨਹੀਂ ਕਰ ਸਕਦਾ। ਮੈਂ ਤੇਰੀ ਖਾਤਰ ਇੱਕੋ ਕਲਾਸ 34 ਸਾਲ ਲਾ ਬੈਠਾ, ਤੇ ਮੇਰੇ ਨਾਲ ਜ਼ਿਆਦਤੀ ਨਾ ਕਰ। ਮੇਰਾ ਪਿਓ ਫੀਸਾਂ ਦੇਂਦਾ ਦੇਂਦਾ ਚੌਧਰੀ ਸੀ ਤੇ ਕੰਮੀ ਹੋ ਗਿਆ। ਤੇਰੀ ਬੜੀ ਮਿਹਰਬਾਨੀ, ਤਰਾਏ ਟਰੈਕਟਰ ਵੇਚ ਕੇ ਮੈਂ ਸਰੀ ਇਗਜ਼ਾਮ ਦਿੱਤਾ, ਤੇ ਮੈਂ ਫਿਰ ਅੱਲਾ ਦੀ ਰਹਿਮਤ ਨਾਲ ਫੇਲ ਹੀ ਹੋਇਆ। ਸਮਝ ਆਈ ਨਾ, ਪੜ੍ਹਨਾ ਵੀ ਨਹੀਂ ਮੈਂ ਤਾਂ ਫਿਰ ਇੰਜ ਹੀ ਹੈ ਨਾ। ਜਾਨੂ ਜੀ ਮੇਰੀ ਗੱਲ ਸੁਣੋ, ਆਪਣਾ ਰਿਸ਼ਤੇ ਦੀ ਗੱਲ ਤੇ ਮੈਂ ਕਰ ਲਈ ਏ, ਪਰ ਆਪਣਾ ਰੰਗ ਤੇ ਚਿੱਟਾ ਕਰ ਲੋ। ਹਾਂ ਚਿੱਟਾ ਕਰੋ, ਥੋੜਾ ਤੇ ਕਰੋ ਨਾ, ਐਵੇਂ ਨਾਲ ਨਜ਼ਰ ਵੱਟੀ ਹੋਈ ਲੱਗਣ ਦੇ। ਅੱਛਾ ਇਹ ਨਹੀਂ ਜੇ ਹੋਣਾ। ਕਿਉਂ? ਮੈਂ ਇਹਦੇ ਮੂੰਹ ਰੇਗ ਬਾਲ ਮਾਰ ਕੇ ਫੇਕਿਆ, ਫਿਰ ਵੀ ਨਹੀਂ ਹੋਇਆ। ਯਕੀਨ ਕਰ, ਕਾਲਾ ਰੰਗ ਦੀਆਂ ਬੜੀਆਂ ਮੁਸੀਬਤਾਂ ਨੇ। ਉਹਦੀ ਵਜ੍ਹਾ? ਮੈਂ ਚੰਗਾ ਪੈਂਟ ਕੋਟ ਪਾਇਆ ਹੋਵੇ ਫਿਰ ਲੋਕ ਮੈਨੂੰ ਪੁੱਛ ਰਹੇ ਹੁੰਦੇ ਨੇ ਭਾਈ ਜਾਨ ਲੈਟਰਿਨ ਕਿੱਥੇ। ਲਾਲਾ ਮੈਂ ਸਫਾਈ ਕਰਕੇ ਆਇਆ ਅੱਗੋਂ ਸ਼ਹਿਜ਼ਾਦਾ, ਫਿਰ ਦੱਸ ਦਿੱਤਾ ਕਿ ਇੱਧਰ ਇਸ ਪਾਸੇ ਕਿਹੜੇ ਪਾਸੇ। ਅੱਛਾ ਤੇ ਦੁੱਧ ਉਬਾਲ ਕੇ ਵਿੱਚ ਛੁਹਾਰੇ ਪਾ ਕੇ ਕੋਈ ਹੋਰ ਚੀਜ਼ ਵਿੱਚ ਪਾਣੀ ਤੇ ਦੱਸ ਦਿਓ। ਤੂੰ ਮਾਂ ਜਿਹਨੂੰ ਲੈ ਆਉਣਾ ਉਹਨੂੰ ਮੈਂ ਆਪ ਸਮਝਾ ਦੇਣਾ ਚਾਹੀਦਾ, ਉਹ ਤੈਨੂੰ ਮਧਰੋਂ ਹੀ ਪੱਤੀ ਵਾਲਾ ਭੇਜੇਗੀ ਦੁੱਧ। ਲੱਖ ਲਾਣਾ ਤਾਂ ਤੇਰੇ ਤੇ ਚੱਲ ਆ ਗਿਆ ਵੀ, ਇਹਨਾਂ ਨਾਲ ਵਿਆਹ ਨਾ ਕਰਨਾ। ਕਿਉਂ? ਇਹ ਮੈਂ ਇੱਕ ਵਾਰੀ ਕੀਤਾ ਸੀ ਤੇ ਜਾਨੇ ਬਾਹਰ ਆ ਗਏ ਸਨ। ਅੱਛਾ ਮੈਂ ਕਿਹਾ ਜਾਨੂ ਆਪਣੇ ਪਿਓ ਨਾਲ ਗੱਲ ਕਰ, ਮੈਂ ਬੜਾ ਮਸਲੇ 'ਚ ਹੁਣ, ਮੈਨੂੰ ਕੁਛ ਨੇ ਵੀ ਮੂੰਹ ਨਹੀਂ ਆਉਂਦਾ ਯਕੀਨ ਕਰ। ਉਹ ਵੀ ਕਹਿੰਦੇ ਨੇ ਬੇਟਾ ਵੀ ਤੈਨੂੰ ਇੱਕੋ ਹੀ ਕੰਮ ਮਿਲਦਾ। ਜਾਨੂ ਮੇਰੀ ਗੱਲ ਤੇ ਸੁਣੋ ਜੀ। ਅੱਛਾ ਮੇਰੀ ਗੱਲ ਸੁਣੋ, ਵਿਆਹ ਤੋਂ ਬਾਅਦ ਪਾਓਗੇ ਕੀ? ਮੈਂ ਕੱਪੜੇ ਪਾਵਾਂਗਾ ਤੇ ਦੌੜ ਜਾ। ਤੂੰ ਕੀ ਚਾਹਨੀ ਹੈ ਵਿਆਹ ਤੋਂ ਬਾਅਦ ਕੀ? ਮਾਫ ਕਰ, ਅੱਲਾ ਬੱਲਾ ਕਰੇ। ਹਾਂ ਤੂੰ ਇਹ ਕੁੜੀ ਮੁੰਡੇ ਨੂੰ ਵੇਖ ਰਿਹਾ, ਹੋਰ ਕੌਣ? ਇਸ ਤੋਂ ਪਹਿਲੇ ਮੈਂ ਬਾਹਰ ਕਿਉਂ ਨਹੀਂ ਗਿਆ? ਤੇ ਹੁਣ ਮਰ ਜਾ, ਕਿਹੜਾ ਟਾਈਮ ਕੋਈ ਨਹੀਂ ਤੇਰੇ ਕੋਲ। ਉੱਠੋ ਉੱਠੋ ਉੱਠੋ, ਕਿੰਦੇ ਕੋ ਪੈਸੇ ਤੋਂ ਤੇਰੀ ਮਾਂ ਤੇ ਬਾਤ ਬਸ ਦੇ ਕਿ ਤੇਰਾ ਕੁੰਡ ਸੂਰ ਚੁੱਕੇਗਾ। ਜੀ ਜੀ ਸਹੀ ਕਹਿ ਰਹੇ ਹੋ ਬੇਨ ਮਰਾਸ ਸਾਹਿਬ। ਬੇਟਾ ਰੰਗ ਚਿੱਟਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ, ਕੋਈ ਫਿੱਟੇ ਮੂੰਹ ਫਿੱਟਿੰਗ ਵੀ ਠੀਕ ਹੋਣੀ ਚਾਹੀਦੀ ਹੈ। ਥੱਲਿਓ ਹੋਰ ਹੈ, ਮੂੰਹ ਲੱਗਦਾ ਕਿਸੇ ਹੋਰ ਦਾ ਲੱਗਾ ਹੈ। ਓ ਤੂੰ ਹੈ ਕੋਣ? ਬਾਥਰੂਮ ਦੇ ਪੀਣ ਵਾਲਿਆ ਸੁਣਦ ਲਓ ਠੀਕ ਹੈ। ਉੱਠ ਬੈਠੋ, ਉੱਠ ਬੈਠੋ, ਉੱਠ ਬੈਠੋ। ਤੁਹਾਡੀ ਵੇ ਬੜਾ ਮਾਰ ਦੇ, ਤੁਹਾਡੀ ਐਡੀ ਜਿੱਤ ਮੇਰੇ ਸਾਹਮਣੇ ਤੁਸੀਂ ਰੰਗ ਰੇਲੀਆਂ ਬਣਾ ਰਹੇ ਹੋ। ਤੁਸੀਂ ਰੰਗ ਰੇਲੀਆਂ ਹੁੰਦਾ ਮਰ ਜਾਣੇ, ਰੰਗ ਰੇਲੀਆਂ ਕਿਹੜਾ ਹੁੰਦਾ? ਮੈਂ ਪੈਸਾ ਦਾ ਕਰਾਂਗਾ, ਮੈਨੂੰ ਸਿਰਫ ਇਹ ਚੱਲ ਮਾਰ। ਮੇਰਾ ਜਾਨੂ ਆਇਆ, ਮੇਰੇ ਜਾਨੂ ਆਇਆ। ਸਲਾਮ ਪਾਪਾ, ਮੈਂ ਜੀ ਤੁਹਾਡੀ ਬੱਚੀ ਦਾ ਕਾਰੀਗਰ। ਯੈਸ ਯੈਸ ਇਧਰ ਆਓ ਜੀ,
ਜਿਹੜਾ ਬੇਟਾ ਮਾਲਕਾਨ ਨੇ ਬੁਲਾ ਲਿਆ। ਹਾਂਜੀ ਕੀ ਹੈ? ਮੈਂ ਤੁਹਾਡੀ ਬੱਚੀ ਨਾਲ ਮੁਹੱਬਤ ਕਰਨੀ ਸੀ। ਤੁਸੀਂ ਜੀ ਵਿਆਹ ਕਰਨਾ ਜਾਣਾ ਜੀ ਇਸ ਕੁੜੀ ਨਾਲ? ਇਹਦੇ ਨਾਲ ਹੀ ਕਰ ਸਕਦਾ, ਉਹਦੇ ਨਾਲ ਤਾਂ ਗੁਨਾਹ ਹੋਏਗਾ। ਇਹ ਮੈਂ ਕੀ ਸੁਣ ਰਿਹਾ, ਕੀ ਸੁਣ ਰਿਹਾ ਮੈਂ? ਬੋਲੇ ਤਾਂ ਨਹੀਂ, ਬੋਲੇ ਤਾਂ ਨਹੀਂ, ਵਿਆਹ ਕਰਨ ਲੱਗਾ ਬਾਚੇ ਜਾਮਨੇ ਲਗਾ ਹੋਵੇ ਤੈਨੂੰ ਸਮਝ ਹੀ ਨਹੀਂ ਆ ਰਹੀ। ਆਪ ਕਰ ਤਾਂ ਸਾਰੀ ਜ਼ਿੰਦਗੀ ਮਜ਼ੇ ਲੈ ਰਹੀ, ਉਹਨਾਂ ਦੀ ਵਾਰੀ ਤੈਨੂੰ ਸਮਝ ਨਹੀਂ ਆ ਰਹੀ ਹੈ। ਇੱਕ ਮਿੰਟ ਤੋਂ ਮੇਰੇ ਵਾਲ ਕਰ ਦੇ, ਇੱਕ ਮਿੰਟ ਤੋਂ ਮੇਰੇ ਵਾਲ ਕਰ ਦੇ। ਤੁਸੀਂ ਬੱਚੀਆਂ ਨਹੀਂ ਵਿਆਹ ਰਹੇ ਕਿ ਕੋਠਾ ਤਾਂ ਨਹੀਂ ਪਾਇਆ? ਰਿਸ਼ਤਾ ਆਇਆ ਯਾਰ, ਤੈਨੂੰ ਜਿਹੜੀ ਅੱਗ ਲੱਗੀ ਨਾ ਇਹ ਸਟੈਪ ਤੂੰ ਕਦੀ ਮੇਰੇ ਵੱਲ ਕਰੇ ਨਾ ਯਕੀਨ। ਸਿੱਖ ਸਰਦਾਰਾਂ ਦੀ ਰਾਹਦਾਰੀ ਇਮਰਾਨ ਖਾਨ ਖੋਲੀ ਹੈ, ਤੇਰੀ ਮੈਂ ਖੋਲ ਦੇਵਾਂ। ਇੰਜੋਏ ਹੋ ਜਾਵੇ ਤੇਰੀ ਤੁਸੀਂ ਗੱਲਾਂ ਕਰਾ ਪਹਿਲੇ, ਮੈਂ ਨਹੀਂ ਗੈਰਤ ਮਾਰ ਲਵਾਂ। ਗੈਰਤ ਆਦਮੀ ਹੈ ਪਹਿਲੇ ਖੁੱਲੀ ਜ਼ਮੀਨ ਲੈ। ਜੇ ਵਾਪਸ ਜਾਣਾ ਤੂੰ ਅੱਗੇ ਨਿਕਲ ਆਇਆ। ਤੁਸੀਂ ਦੋਵੇਂ ਸੀਨ ਕਰ ਰਹੇ ਹੋ ਜਾਂ ਮੈਂ ਵੀ ਕਰ ਰਿਹਾ? ਮਰੋ ਚੁੱਪ ਤੇ ਕਰੋ, ਬੋਲਣ ਸਹੀ ਬੜੀ ਦੇਰ ਕਿਉਂ ਪਲੀਜ਼ ਕਿਉਂ ਮੈਨੂੰ ਦੇ ਦਿਓ, ਮੇਰੀ ਦੋ ਬਹਿਣ ਦਾ ਰਿਸ਼ਤਾ ਲੈ ਲਓ ਇਹ ਮਿੰਟ, ਕਿਉਂਕਿ ਇਹਦੇ ਨਾਲ ਮੇਰਾ ਹੱਥ ਰਵਾਂ ਹੋ ਗਿਆ ਮੈਨੂੰ ਬੱਚੀ ਨੀ ਦੇਣੀ। ਨਹੀਂ ਵਾਪਸੀ ਦਾ ਕਿਰਾਇਆ ਦਿਓ, ਕਿਰਾਇਆ ਖਰਚ ਕੇ ਆਇਆ ਉਹ ਤਾਂ ਵੀ ਮੈਂ ਪੱਲਿਓ ਲਾਵਾਂ। ਆਪਣੀ ਗਲਤ ਜਗਾ, ਆਪਣੀ ਗਲਤ ਜਗਾ, ਗਲਤ ਜਗਾ ਜਿਹੜਾ ਪੈ ਪਿਆ ਨੂੰ ਮੈਂ ਮਾਰਨਾ ਉਹ ਵੀ ਚੁੰਮੇਗਾ। ਇੱਥੇ ਗੈਰਤ ਜਗਾਈ ਜਾਂਦਾ ਤਾਂ ਤੇਰੀ ਅੱਪੀ ਮਲਕਾ ਦੇ ਮੁੰਡੇ ਨਾਲ ਸੁੱਤੀ, ਉਹਨੂੰ ਮੈਂ ਲੈ ਕੇ ਜਾਵਾਂਗਾ ਬੱਚੀ। ਬੜੇ ਜ਼ਾਲਮ ਪਿਓ ਦੇ ਘਰ ਜੰਮੀ, ਗੈਰਤ ਦੇ ਘਰ ਜੰਮੀ ਹੁੰਦੀ, ਹੁਣ ਉਹ ਆਪਾਂ ਜਪਨ ਕਟੀਟੇ ਕਰ ਰਹੇ ਹਾਂ। ਕਿਸ ਚਬਰ ਦੇ ਘਰ ਜੰਮੀ, ਡੁੱਬ ਕੇ ਮਰ ਜਾ ਬਗੈਰ ਤਾਂ ਕਮੀਨਾ, ਕਿਸੇ ਨਖੱਤੀ ਮਾਂ ਦੇ ਬੱਚਿਆ ਮੈਨੂੰ ਰਿਸ਼ਤਾ ਨਹੀਂ ਦਿੱਤਾ, ਜੇ ਬੱਚਾ ਹੀ ਮਰਨਾ ਹੀ ਤੁਹਾਡਾ, ਮੈਂ ਆਵਾਂਗਾ, ਮੈਂ ਆਪਣੀ ਜਾਨੂ ਨੂੰ ਲੈ ਕੇ ਜਾਵਾਂਗਾ। ਤੂੰ ਹੀ ਨਸ ਨੁਸ ਕੇ ਆ ਜਾ ਕਿਸੇ ਨਖੱਤੀ। ਸ਼ੁਕਰ ਕਰੋ ਕਿ ਇੱਥੇ ਵਾੜ ਕੇ ਤੇ ਸਭ ਕੁਛ ਕਰ ਰਹੇ, ਘਰ ਬਾਹਰ ਗਿਆ ਇਹਨੇ ਬਾਹਰ ਝੁੱਟੀ ਲਾ ਰਹੀ ਹੂੰ। ਸ਼ਰਮ ਕਰਿਆ ਕਰੋ, ਸ਼ਰਮ ਕਰਿਆ ਕਰੋ, ਘਰ ਚ ਤੁਹਾਨੂੰ ਜਿੰਨੀ ਲੱਗ ਗਿਆ ਅਮਰੀਕਾ ਆਉਂਦਾ ਵਾ, ਇਹਨੂੰ ਬਾਹਰ ਕੱਢੇ ਗਏ। ਤੁਸੀਂ ਸ਼ਾਦੀ ਨੀ ਕਰਨੀ, ਬੱਚਿਆਂ ਦੇ ਹੱਥ ਪੀਲੇ ਨੀ ਕਰਨੇ, ਉਹਨੇ ਤੁਹਾਡਾ ਮੂੰਹ ਕਾਲਾ ਕਰਾ ਦੇਣਾ।
ਨਹੀਂ ਨਹੀਂ ਮੇਰੀ ਇਹ ਖੁਆਇਸ਼ ਕਿ ਮੈਂ ਹੁਣ ਆਪਣੀ ਇਹਨਾਂ ਭਤੀਜੀ ਦੇ ਹੱਥ ਪੀਲੇ ਕਰਾ ਦਿਆਂ। ਹਾਂ ਉਹਨਾਂ ਨੂੰ ਜਰਕਾਨ ਕਰਾ ਦੇ, ਨਹੀਂ ਤੇ ਨਾ ਉਹਨਾਂ ਨੂੰ ਇੱਕ ਦਰਜਨ ਆਂਡੇ ਖਵਾ ਆਪੇ ਦੌੜ ਦੌੜ ਜਾਣਗੀਆਂ।